ਉੱਤਰ ਪ੍ਰਦੇਸ਼ ਦੇ ਲਖਿੰਪੁਰ ਖੀਰੀ ਹਾਦਸੇ ਦੇ ਖਿਲਾਫ ਬੀਤੇ ਕੱਲ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਵਿਧਾਇਕ ਅੰਗਦ ਸੈਣੀ ਨੇ ਆਪਣੇ ਪਾਰਟੀ ਵਰਕਰਾਂ ਦੇ ਨਾਲ 2 ਘੰਟਿਆਂ ਲਈ ਮੌਨ ਵਰਤ ਰੱਖਿਆ ਹੈ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਲਗਭਗ 1.5 ਘੰਟਾ ਨਵਾਂ ਸ਼ਹਿਰ ਦੀ ਸਮੂਹ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਸਪਾਨ ਆ ਡੀਸੀ ਦਫ਼ਤਰ ਦੇ ਬਾਹਰ ਆਪਾਂ ਮੌਨ ਵਰਤ ਤੇ ਬੈਠੇ ਆ ਔਰ ਸਾਡਾ ਮੌਨ ਵਰਤ ਤੇ ਬੈਠਣ ਦਾ ਜਿਹੜਾ ਮੇਨ ਕਾਰਨ ਇਹ ਸੀ ਕਿ ਜਿਹੜਾ ਪਿਛਲੇ ਦਿਨੀ ਜਿਹੜਾ ਲਖੀਮਪੁਰ ਖੇਰੀ ਵਿੱਚ ਬਹੁਤ ਜ਼ਿਆਦਾ ਜਿਹੜੀ ਮਨਭਾਗੀ ਘਟਨਾ ਹੋਈ ਆ ਜਿਸ ਬੇਰਹਿਮੀ ਨਾਲ ਉੱਥੇ ਜਿਹੜਾ ਕਤਲੇਆਮ ਹੋਇਆ ਜਿਹੜੇ ਗਰੀਬ ਕਿਸਾਨਾਂ ਦਾ ਔਰ ਉਹਦੇ ਵਿੱਚ ਜਿਹੜੇ 4 ਸਿੱਖ ਪਰਿਵਾਰ ਵੀ ਸੀਗੇ ਮੈਂ ਸਮਝਦਾ ਕਿ ਇੱਕ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਔਰ ਖਾਸ ਤੌਰ 'ਤੇ ਉਸ ਸਮੇਂ ਕਿਉਂਕਿ ਪਿਛਲੇ 1 ਸਾਲ ਤੋਂ ਜਿਹੜਾ ਦੇਸ਼ ਦਾ ਕਿਸਾਨ ਆ ਔਰ ਪੰਜਾਬ ਦੇ ਜਿਹੜੇ ਲੋਕ ਆ ਉਹ ਸੜਕਾਂ 'ਤੇ ਬੈਠੇ ਆ ਇੱਕ ਵਾਰੀ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਲਫ਼ਜ਼ ਵੀ ਕਿਸਾਨਾਂ ਨਾਲ ਕੋਈ ਉਹਨਾਂ ਨਾਲ ਡਾਇਲੋਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਲਖੀਮਪੁਰ ਖੇਰੀ ਵਿੱਚ ਜਿਹੜੀ ਮਨਭਾਗੀ ਘਟਨਾ ਹੋਈ ਆ ਇੱਕ ਲਫ਼ਜ਼ ਵੀ ਪ੍ਰਧਾਨ ਮੰਤਰੀ ਜਿਹੜਾ ਮੋਦੀ ਆ ਇਹਨੇ ਆਪਣੇ ਮੂੰਹ 'ਚੋਂ ਨਹੀਂ ਕੱਢਿਆ ਉਹ ਪਰਿਵਾਰਾਂ ਵਾਸਤੇ ਉਹ ਕਿਸਾਨਾਂ ਵਾਸਤੇ ਇੱਕ ਬਹੁਤ ਹੀ ਮੈਂ ਸਮਝਦਾ ਕਿ ਜਿਵੇਂ ਹਿਟਲਰ ਔਰ ਤੁਹਾਡਾ ਗਡਾਫੀ ਜਿਸ ਤਰੀਕੇ ਨਾਲ ਡਿਕਟੇਟਰਸ਼ਿਪ ਕਰਦਾ ਸੀ ਸਦਾਮ ਹੁਸੈਨ ਕਰਦਾ ਸੀ ਇਹ ਉਹਨਾਂ ਤੋਂ ਵੀ ਗਾਂਹ ਚੱਲ ਗਿਆ ਅੱਗੇ ਔਰ ਇਹ ਜਿਹੜੇ ਕੁੰਭਕਰਨ ਦੀ ਨੀਂਦ ਜਿਹੜੀ ਹਿੰਦੂ ਆਪਣੀ ਬੀਜੇਪੀ ਦੀ ਸਰਕਾਰ ਸੈਂਟਰ ਵਿੱਚ ਸੁੱਤੀ ਆ ਉਹਨਾਂ ਨੂੰ ਜਗਾਉਣ ਵਾਸਤੇ ਜਿਹੜਾ ਅੱਜ ਕਾਂਗਰਸ ਪਾਰਟੀ ਨੇ ਸਿਰਫ ਨਵਾਂ ਸ਼ਹਿਰ 'ਚ ਨਹੀਂ ਬਲਕਿ ਪੂਰੇ ਹਿੰਦੁਸਤਾਨ 'ਚ ਪੰਜਾਬ ਵਿੱਚ ਡਿਸਟ੍ਰਿਕਟ ਹੈੱਡਕੁਆਰਟਰਸ 'ਤੇ ਜਿਹੜਾ ਜਿਹੜਾ 1.5-2 ਘੰਟੇ ਦਾ ਮੌਨ ਵਰਤ ਰੱਖਿਆ ਗਿਆ ਇਸ ਇਹਨੂੰ ਹੀ ਮੁੱਖ ਰੱਖਦੇ ਹੋਏ ਆਪਾਂ ਵੀ ਇੱਥੇ ਜਿਹੜਾ ਸੈਂਟਰ ਗਵਰਨਮੈਂਟ ਦੀ ਜਿਹੜੀ ਇਹ ਵਧੀਕੀ ਉਹਦੇ ਖਿਲਾਫ ਆਪਾਂ ਬੈਠੇ ਸੀ ਔਰ ਇਹਦੇ ਵਿੱਚ ਜਿਹੜਾ ਮੁੱਖ ਕਾਰਨ ਸੀਗਾ ਉਹ ਇਹ ਸੀਗਾ ਕਿ ਜਿਸ ਦਿਨ ਇਹ ਹਾਦਸਾ ਲਖੀਮਪੁਰ ਹੋਇਆ ਪਹਿਲਾਂ ਤਾਂ ਯੂਪੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋਈ ਆ ਉਸ ਤੋਂ ਬਾਅਦ ਜਿਹੜਾ ਅਜੇ ਮਿਸ਼ਰੇ ਦੇ ਬੇਟੇ ਨੂੰ ਸਮਨ ਜਾਰੀ ਕੀਤੇ ਗਏ ਪਹਿਲੇ ਜਿਹੜੇ ਸਮਨ ਜਾਰੀ ਕੀਤੇ ਸੀ ਉਹਦੇ 'ਚ ਉਹ ਪੇਸ਼ ਨਹੀਂ ਹੋਇਆ ਦੂਜੀ ਵਾਰੀ ਜਦ ਉਸ ਤੋਂ ਬਾਅਦ ਜਦ ਪ੍ਰਿਯੰਕਾ ਗਾਂਧੀ ਜੀ ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚੰਨੀ ਸਾਹਿਬ ਜਦ ਉੱਥੇ ਪਹੁੰਚੇ ਜਦ ਪ੍ਰੈਸ਼ਰ ਪਿਆ ਸਿੱਧੂ ਸਾਹਿਬ ਵੀ ਉੱਥੇ ਜਾ ਕੇ ਬੈਠੇ ਆ ਹੋਰ ਵੀ ਵੱਖ ਵੱਖ ਪਾਰਟੀਆਂ ਦੇ ਲੋਕ ਉੱਥੇ ਗਏ ਆ ਤਾਂ ਜਦ ਸਰਕਾਰ 'ਤੇ ਪ੍ਰੈਸ਼ਰ ਪਿਆ ਤਾਂ ਉਹਨੂੰ ਦੁਬਾਰਾ ਸਮਨ ਕਰਕੇ ਜਿਹੜਾ ਬੁਲਾਇਆ ਗਿਆ ਔਰ ਬੁਲਾ ਕੇ ਉਸ ਤੋਂ ਬਾਅਦ ਸ਼ਾਮ ਨੂੰ ਉਹਦੀ ਸ਼ਨੀਵਾਰ ਸ਼ਾਮ ਨੂੰ ਗ੍ਰਿਫਤਾਰੀ ਹੋ ਜਾਂਦੀ ਆ ਔਰ ਹੈਰਾਨਗੀ ਦੀ ਗੱਲ ਇਹ ਆ ਕਿ ਗ੍ਰਿਫਤਾਰੀ ਹੋਣ ਤੋਂ ਬਾਅਦ ਉਹਨੂੰ ਪੁਲਿਸ ਰਿਮਾਂਡ 'ਚ ਨਹੀਂ ਲਿਆ ਜਾਂਦਾ ਉਹਨੂੰ ਸਿੱਧਾ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਜਾਂਦਾ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਇੱਕ ਪੋਲੀਟੀਕਲ ਪਾਵਰ ਦੀ ਜਿਹੜੀ ਇਹ ਮਿਸਯੂਜ਼ ਆ ਆਪਾਂ ਡਿਮਾਂਡ ਕਰਦੇ ਆ ਮੋਦੀ ਸਰਕਾਰ ਤੋਂ ਸੈਂਟਰਲ ਲੀਡਰਸ਼ਿਪ ਤੋਂ ਕਿ ਜਦ ਤੱਕ ਅਜੇ ਮਿਸ਼ਰਾ ਆਪਣੇ ਮੰਤਰੀ ਪਦ ਤੋਂ ਅਸਤੀਫਾ ਨਹੀਂ ਦਿੰਦਾ ਜਿਹੜਾ ਕਿ ਉਹ ਗ੍ਰਹਿ ਮੰਤਰੀ ਆ ਇਸ ਮੁਲਕ ਦਾ ਅਮਿਤ ਸ਼ਾਹ ਤੋਂ ਬਾਅਦ ਤਦ ਤੱਕ ਇਸ ਕੇਸ ਵਿੱਚ ਜਿਹੜੀ ਨਿਰਪੱਖ ਜਾਂਚ ਨਹੀਂ ਹੋ ਸਕਦੀ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਨਹੀਂ ਮਿਲ ਸਕਦੀ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਜੇ ਮਿਸ਼ਰਾ ਨੂੰ ਆਪਣੀ ਅਹੁਦੇ ਤੋਂ ਜਿਹੜਾ ਅਸਤੀਫਾ ਦੇਣਾ ਚਾਹੀਦਾ ਤਾਂ ਕਿ ਇੱਕ ਸਾਫ਼ ਸੁਥਰੀ ਜਿਹੜੀ ਜਾਂਚ ਹੋ ਸਕੇ।